ਜਿਹੜੇ ਭੱਜੇ ਫਿਰਦੇ ਆ ਬੰਦੇ ਜਦੋਂ ਆਪਾਂ ਤੁਰੇ ਸੀਗੇ ਤੇ ਫਿਰ ਆਪਣਾ ਖੜਨ ਦਾ ਹੱਕ ਬਣਦਾ ਵੀ ਆਪਦੇ ਜਿਹੜੇ ਬੰਦੇ ਹੈਗੇ ਆ ਕਿਸੇ ਬੰਦੇ ਦੇ ਥਰੂ ਅਰੈਸਟ ਹੋਵੋ ਜਾਂ ਆਪਦਾ ਦੂਜਾ ਕੋਈ ਜਿਹੜੇ ਵੀ ਤਰੀਕੇ ਨਾਲ ਬੰਦਾ ਪੇਸ਼ ਹੋ ਸਕਦਾ ਪੇਸ਼ ਹੋਵੋ ਮਗਰ ਲੈਂਦੀ ਕਦੋਂ ਘੁੱਟ ਪਵਾਈ ਜਾਂਦੇ ਆ ਜਦੋਂ ਆਪਾਂ ਗੱਲ ਹੀ ਕਰ ਲਈ ਸੀਗੀ ਵੀ ਹਾਂ ਅਸੀਂ ਖੜਾਂਗੇ ਤੇ ਅੜਾਂਗੇ ਤੇ ਫਿਰ ਉਹ ਕਿਸੇ ਨੂੰ ਮਿਸ ਕਾਲ ਮਾਰ ਦਿੰਦਾ ਕੋਈ ਕਿਸੇ ਨੂੰ ਫੋਨ ਲਾਈ ਜਾਂਦਾ ਉਹ ਦੂਜਿਆਂ ਦੀਆਂ ਢੂਹੀਆਂ ਕਟਾਈ ਜਾਂਦੇ ਮੇਰੇ ਹਿਸਾਬ ਨਾਲ ਤਾਂ ਉਹਦਾ ਕੋਈ ਫਾਇਦਾ ਨਹੀਂਗਾ ਆਪਦੇ ਆਪ ਨੂੰ ਇੱਥੇ ਕਰੋ ਪੁਲਿਸ ਆਪਦੀ ਕਾਰਵਾਈ ਕਰੂਗੀ ਅਦਾਲਤ ਆਪਦਾ ਜਿਹੜਾ ਕੋਈ ਕਰਨਾ ਕਰਾਉਣਾ ਉਹ ਕਰੇ ਇਹਨਾਂ ਵਾਲਾ ਕਾਰਡ ਨੂੰ ਆਪਾਂ ਗਲਤ ਹੀ ਕਹਿ ਸਕਦੇ ਹਾਂ ਜੀ ਲਗਭਗ ਸਾਡੀ ਜਥੇਬੰਦੀ ਆਪਦੀ ਨਹੀਂ ਇੱਥੋਂ ਤੱਕ ਸਹਿਮਤ ਸੀਗੀ ਠੀਕ ਹੈ ਜੀ ਉਹ ਬਾਈ ਨੂੰ ਵੀ ਕਿਤੇ ਨਾ ਕਿਤੇ ਸੀਗਾ ਮਹਿਸੂਸ ਹੋਇਆ ਸੀ ਅੰਮ੍ਰਿਤਪਾਲ ਨੂੰ ਵੀ ਉਹ ਜਿਹੜਾ ਕੁਝ ਹੋਇਆ ਵੀ ਬਹੁਤਾ ਸਹੀ ਨਹੀਂ ਹੋਇਆ ਗੁਰਪ੍ਰੀਤ ਅੱਜ ਬਾਹਰ ਆਏ ਹੋ ਕੀ ਕਹਿਣਾ ਚਾਹੋਗੇ ਬਸ ਉਹ ਜਿਹੜੇ ਬੰਦੇ ਸੀਗੇ ਐਕਟਿਵ ਜੀ ਉਹਨਾਂ ਨੂੰ ਇਹ ਚੱਕ ਰਹੇ ਸੀਗੇ ਜਿਹੜੇ ਬੰਦੇ ਕੋਈ ਸੀਗੇ ਜਿਨ੍ਹਾਂ ਦੀ ਕੋਈ ਉੱਧਰ ਥੋੜ੍ਹੀ ਬਹੁਤੀ ਟੱਚ ਦੇ ਵਿੱਚ ਸੀਗੇ ਬੰਦੇ ਜਥੇਬੰਦੀ ਵਾਲੇ ਸੀਗੇ ਅਤੇ ਜਿਵੇਂ ਜਿਵੇਂ ਉਹਨਾਂ ਦਾ ਕਲੀਅਰ ਹੋ ਰਿਹਾ ਉਹਨਾਂ ਨੂੰ ਛੱਡ ਰਹੇ ਜੀ ਉਹ ਸਵੇਰੇ ਵੀ ਅੱਜ ਇੱਕ ਦੋ ਮੁੰਡਿਆਂ ਦੀ ਜਿਨ੍ਹਾਂ ਦੀ ਅੱਜ ਤਰੀਕ ਸੀ ਉਹ ਗਏ ਵੇ ਆ ਅਤੇ ਜਿਹੜੇ ਜਮਾਨਤ ਲਈ ਜਾਂਦੇ ਉਹਨਾਂ ਨੂੰ ਕੱਢੀ ਜਾਂਦੇ ਜਾਂ ਜਿਹੜੇ ਸ਼ੱਕ ਦੇ ਆਧਾਰ ਚੱਕੇ ਸੀ ਉਹਨਾਂ ਨੂੰ ਛੱਡੀ ਜਾ ਰਹੇ ਜੀ ਸਾਨੂੰ ਤਾਂ ਅਸੀਂ ਪਹਿਲੇ ਦਿਨ ਤੋਂ ਉਹਦੇ ਟੱਚ ਸੀ ਅੰਮ੍ਰਿਤਪਾਲ ਦੇ ਜਦੋਂ ਦੀ ਬਾਈ ਦੀਪ ਸਿੱਧੂ ਨੇ ਜਥੇਬੰਦੀ ਬਣਾਈ ਵੀ ਸੀਗੀ ਅਤੇ ਊਂ ਸਾਡਾ ਟੱਚ ਟੁੱਟ ਗਿਆ ਸੀਗਾ ਵਹੀਰ ਤੋਂ ਪਹਿਲਾਂ ਕਿਸੇ ਗੱਲ ਕਰਕੇ ਅਤੇ ਅਜਨਾਲਾ ਕਾਂਡ ਤੋਂ ਮਗਰੋਂ ਵੀ ਲਗਭਗ ਆਪਣੇ ਸਾਰੇ ਪੱਤਰਕਾਰ ਵੀ ਉਹਨੂੰ ਵੀ ਪਤਾ ਤੇ ਉੱਥੇ ਮੋਰਚੇ 'ਚ ਅਸੀਂ ਹੁੰਦੇ ਸੀਗੇ ਵੀ ਸਾਡਾ ਟੱਚ ਟੁੱਟਿਆ ਹੋਇਆ ਸੀ ਪਰ ਉੱਧਰ ਸਾਡੀ ਆਪਸ 'ਚ ਗੱਲਬਾਤ ਹੁੰਦੀ ਰਹਿੰਦੀ ਸੀ ਕੁਛ ਬੰਦਿਆਂ ਦੇ ਨਾਲ ਅਤੇ ਕੁਛ ਜਾਂ ਪੋਸਟਾਂ ਪਾਸਟਾਂ ਜਿਹੜੀਆਂ ਵਾਇਰਲ ਕੀਤੀਆਂ ਉਹਦੇ ਆਧਾਰ 'ਤੇ ਚੱਕਿਆ ਸੀ ਉਸ ਸਮੇਂ ਜੀ ਸਾਨੂੰ 19 ਤਰੀਕ ਨੂੰ ਲੈ ਕੇ ਆਏ ਸੀਗੇ ਜੀ ਬੈਬਲ ਮੋਰਚੇ 'ਤੇ ਅਸੀਂ ਦੋ ਜਾਣੇ ਸੀਗੇ ਜੀ ਅਤੇ ਦੋ ਜਾਣੇ ਤੋਂ ਪਹਿਲਾਂ ਸੀ ਮਾਸਟਰ ਹਰਜਿੰਦਰ ਸਿੰਘ ਅਤੇ ਸ਼ਰਨੀ ਸਿੰਘ ਚਾਰ ਜਾਣੇ ਸੀ ਟੋਟਲ ਉੱਥੇ ਅੱਜ ਦੋ ਜਾਣੇ ਨੂੰ ਦੋ ਜਾਣੇ ਦੀਆਂ ਗਏ ਵੇ ਜੀ ਉੱਥੇ ਪੇਸ਼ੀ 'ਤੇ ਗਏ ਬਈ ਦੋ ਜਾਣੇ ਸੀ ਅੰਦਰ ਹੈਗੇ ਜੀ 13 14 ਜਾਣੇ ਹੋਣਗੇ ਹੋਰ ਮੋਗੇ ਨਾਲ ਸੰਬੰਧਿਤ ਆ ਜੀ ਕੀ ਕਹਿਣਾ ਕੀ ਚਾਹੋਗੇ ਤੁਸੀਂ ਅੰਮ੍ਰਿਤਪਾਲ ਦਾ ਜੋ ਕਰ ਰਿਹਾ ਸੀਗਾ ਜੋ ਹੁਣ ਉਹਨਾਂ ਨੇ ਪੁਲਿਸ ਨੇ ਚੱਕਿਆ ਕੀ ਕਹਿਣਾ ਚਾਹੋਗੇ ਜੀ ਸਾਰਾ ਵੀ ਸਹੀ ਸੀ ਜਾਂ ਗਲਤ ਸੀ ਦੇਖੋ ਜੀ ਮੈਂ ਸ਼ੋਰਟ ਦੀਆਂ ਗੱਲਾਂ ਆਪਾਂ ਥੋੜ੍ਹੀਆਂ ਜਿਹੀਆਂ ਕਹਿਣੀਆਂ ਬਾਹਲਾ ਲੰਮਾ ਚੌੜਾ ਨਹੀਂਗਾ ਕੰਮ ਜਿੰਨਾ ਟਾਈਮ ਜਦੋਂ ਦੀਪ ਨੇ ਜਥੇਬੰਦੀ ਬਣਾਈ ਆ ਸਾਡੇ ਨਾਮ ਦੇ ਉੱਤੇ ਰਜਿਸਟ੍ਰੇਸ਼ਨ ਕਰਾਏਗਾ ਉਹਨੇ ਠੀਕ ਹੈ ਅਸੀਂ ਉਹਦੇ ਨਾਲ ਤੁਰੇ ਵਧੀਆ ਕੰਮ ਨੂੰ ਅਸੀਂ ਤੁਰੇ ਸੀ ਅੰਮ੍ਰਿਤਪਾਲ ਨੇ ਵੀ ਲਗਭਗ ਜਿਹੜਾ ਨਸ਼ੇ ਵਾਲਾ ਅਤੇ ਅੰਮ੍ਰਿਤ ਸੰਚਾਰ ਵਾਲਾ ਕੰਮ ਕੀਤਾ ਉੱਥੋਂ ਤੱਕ ਅਸੀਂ ਉਹਦੇ ਨਾਲ ਸਹਿਮਤ ਸੀਗੇ ਉਸ ਤੋਂ ਬਾਅਦ ਕੁਛ ਬੰਦੇ ਜਿਹੜੇ ਨਾਲ 5-4 ਤੁਰੇ ਸੀਗੇ ਉਹਨਾਂ ਬੰਦਿਆਂ ਕਰਕੇ ਅਸੀਂ ਸਾਈਡ 'ਤੇ ਹੋਏ ਸੀਗੇ ਅਤੇ ਨਾਲ ਘਟਨਾ ਤੋਂ ਮਗਰੋਂ ਅਸੀਂ ਲਗਭਗ ਵੱਖੀ ਸੀਗੇ ਸਾਰਿਆਂ ਨੂੰ ਪਤਾ ਚੱਲ ਰਿਹਾ ਜਥੇਬੰਦੀ ਨੂੰ ਵੀ ਪਤਾ ਵੀ ਅਸੀਂ ਵੱਖ ਚੱਲ ਰਹੇ ਸੀ ਅਤੇ ਆਮ ਦੂਜੀਆਂ ਏ ਬੀ ਸੀ ਡੀ ਜਿੰਨੀਆਂ ਜਥੇਬੰਦੀਆਂ ਉਹਨਾਂ ਨੂੰ ਵੀ ਪਤਾ ਸੀ ਵੀ ਅਸੀਂ ਵੱਖ ਹੀ ਚੱਲ ਰਹੇ ਸੀਗੇ ਆਪਸ ਦੇ ਵਿੱਚ ਇਹਨਾਂ ਵਾਲਾ ਕਾਂਡ ਨੂੰ ਆਪਾਂ ਗਲਤ ਹੀ ਕਹਿ ਸਕਦੇ ਜੀ ਲਗਭਗ ਸਾਡੀ ਜਥੇਬੰਦੀ ਆਪਦੀ ਨਹੀਂ ਇੱਥੋਂ ਤੱਕ ਸਹਿਮਤ ਸੀਗੀ ਠੀਕ ਹੈ ਜੀ ਉਹ ਬਾਈ ਨੂੰ ਵੀ ਕਿਤੇ ਨਾ ਕਿਤੇ ਸੀਗਾ ਮਹਿਸੂਸ ਹੋਇਆ ਸੀ ਅੰਮ੍ਰਿਤਪਾਲ ਨੂੰ ਵੀ ਉਹ ਜਿਹੜਾ ਕੁਛ ਹੋਇਆ ਵੀ ਬਹੁਤਾ ਸਹੀ ਨਹੀਂ ਹੋਇਆ ਜੀ ਨਹੀਂ ਦੇਖੋ ਜੀ ਜਿਹੜਾ ਸਹੀ ਗਲਤ ਦਾ ਫੈਸਲਾ ਉਹ ਤਾਂ ਅਦਾਲਤ ਨੇ ਕਰਨਾ ਵਾ ਪਰ ਜਿਹੜੇ ਭੱਜੇ ਫਿਰਦੇ ਆ ਬੰਦੇ ਜਦੋਂ ਆਪਾਂ ਤੁਰੇ ਸੀਗੇ ਅਤੇ ਫਿਰ ਆਪਣਾ ਖੜਨ ਦਾ ਹੱਕ ਬਣਦਾ ਵੀ ਆਪਦੇ ਜਿਹੜੇ ਬੰਦੇ ਹੈਗੇ ਆ ਕਿਸੇ ਬੰਦੇ ਦੇ ਥਰੂ ਅਰੈਸਟ ਹੋਵੋ ਜਾਂ ਆਪਦਾ ਦੂਜਾ ਕੋਈ ਜਿਵੇਂ ਜਿਹੜੇ ਵੀ ਤਰੀਕੇ ਨਾਲ ਬੰਦਾ ਪੇਸ਼ ਹੋ ਸਕਦਾ ਪੇਸ਼ ਹੋਵੋ ਮਗਰ ਲੈਂਦੀ ਕਦੋਂ ਘੁੱਟ ਪਵਾਈ ਜਾਂਦੇ ਆ ਜਦੋਂ ਆਪਾਂ ਗੱਲ ਹੀ ਕਰ ਲਈ ਸੀਗੀ ਵੀ ਹਾਂ ਅਸੀਂ ਖੜਾਂਗੇ ਤੇ ਅੜਾਂਗੇ ਅਤੇ ਫਿਰ ਉਹ ਕਿਸੇ ਨੂੰ ਮਿਸ ਕਾਲ ਮਾਰ ਦਿੰਦਾ ਕੋਈ ਕਿਸੇ ਨੂੰ ਫੋਨ ਲਾਈ ਜਾਂਦਾ ਉਹ ਦੂਜਿਆਂ ਦੀਆਂ ਢੂਹੀਆਂ ਕਟਾਈ ਜਾਂਦੇ ਮੇਰੇ ਹਿਸਾਬ ਨਾਲ ਤਾਂ ਉਹਦਾ ਕੋਈ ਫਾਇਦਾ ਨਹੀਂਗਾ ਆਪਦੇ ਆਪ ਨੂੰ ਇੱਥੇ ਕਰੋ ਪੁਲਿਸ ਆਪਦੀ ਕਾਰਵਾਈ ਕਰੂਗੀ ਅਦਾਲਤ ਆਪਦਾ ਜਿਹੜਾ ਕੋਈ ਕਰਨਾ ਕਰਾਉਣਾ ਉਹ ਕਰੇ ਅਤੇ ਗੱਲ ਨਿਬੜੇ ਦੇਖੋ ਜੀ ਨੌਜਵਾਨੀ ਦਾ ਨੌਜਵਾਨੀ ਨਾਲ ਸਹਿਚਾਰਾ ਹੋਣਾ ਸੁਭਾਵਿਕ ਆ ਪਰੰਤੂ ਇਹ ਜਿਹੜੇ ਦੋ ਨੌਜਵਾਨ ਕੋਮਲ ਪ੍ਰੀਤ ਅਤੇ ਇੱਕ ਗੁਰਪ੍ਰੀਤ ਹਰੀਨੋ ਇਹ ਲੰਮੇ ਸਮੇਂ ਤੋਂ ਬਹਿਬਲ ਮੋਰਚੇ ਦੇ ਵਿੱਚ ਸੇਵਾਵਾਂ ਨਿਭਾਉਂਦੇ ਸੀ ਅਸੀਂ ਬਹਿਬਲ ਮੋਰਚੇ ਦੇ ਵਿੱਚ ਜਿਹੜੀ ਆਪਣੀ ਅਸੀਂ ਵੀ ਉੱਥੇ ਸੇਵਾਵਾਂ ਕਰਦੇ ਹਾਂ ਅਸੀਂ ਇਹਨਾਂ ਬਾਬਤ ਜਿਹੜੇ ਸੀਨੀਅਰ ਅਫਸਰ ਆ ਉਹਨਾਂ ਦੇ ਕੋਲ ਗੱਲ ਰੱਖੀ ਸੀ ਕਿ ਇਹ ਨੌਜਵਾਨਾਂ ਦਾ ਜਿਹੜਾ ਬਹਿਬਲ ਮੋਰਚੇ ਨਾਲ ਸੰਬੰਧ ਆ ਲੰਮੀ ਲੜਾਈ ਲੜੀ ਹੈ ਅਤੇ ਜੇ ਅਸੀਂ ਇਹਨਾਂ ਦੀ ਪੈਰਵਾਈ ਨਹੀਂ ਕਰਦੇ ਜਾਂ ਅਸੀਂ ਇਹਨਾਂ ਨੂੰ ਰਿਲੀਜ਼ ਨਹੀਂ ਕਰਾਉਂਦੇ ਤਾਂ ਇੱਦਾਂ ਲੱਗੂਗਾ ਕਿ ਇੰਨੀ ਵੱਡੀ ਸੇਵਾ ਕਰਨ ਦਾ ਉਹਨਾਂ ਨੂੰ ਜਿਹੜਾ ਫਲ ਆ ਜੇਲ੍ਹ ਮਿਲੀ ਆ ਸੋ ਇਸ ਕਰਕੇ ਸੀਨੀਅਰ ਅਫਸਰਾਂ ਨੇ ਸਾਡੀ ਬੇਨਤੀ ਨੂੰ ਮਨਜ਼ੂਰ ਕੀਤਾ ਵਾ ਅਤੇ ਇਹਨਾਂ ਨੌਜਵਾਨਾਂ ਨੂੰ ਰਿਲੀਵ ਕੀਤਾ ਮੇਰੇ ਧਿਆਨ 'ਚ ਨਹੀਂ ਹੈਗੀ ਇਹ ਤਾਂ ਪੁਲਿਸ ਦੱਸ ਸਕਦੀ ਆ ਪਰੰਤੂ ਇਹ ਮੇਰੇ ਸਾਡੇ ਆਪਣੇ ਜਿਹੜੇ ਇਹ ਦੋ ਨੌਜਵਾਨ ਸੀ ਅਤੇ 3 ਜਾਂ 4 ਹੋਰ ਵੀ ਹੈਗੇ ਆ ਅਸੀਂ ਉਹਨਾਂ ਦੀ ਵੀ ਬੇਨਤੀ ਕਰਾਂਗੇ ਵੀ ਉਹਨਾਂ ਨੂੰ ਵੀ ਛੱਡਿਆ ਜਾਵੇ ਦੇਖੋ ਕਿਤੇ ਨਾ ਕਿਤੇ ਜੇ ਗੱਲ ਕੋਈ ਹੁੰਦੀ ਆ ਜੇ ਅੱਗ ਬਲਦੀ ਆ ਤਾਂ ਧੂੰਆਂ ਨਿਕਲਦਾ ਆ ਇਹ ਜਿਹੜਾ ਨੌਜਵਾਨਾਂ ਦਾ ਮੈਂ ਪਹਿਲਾਂ ਹੀ ਕਹਿ ਚੁੱਕਿਆ ਹਾਂ ਕਿ ਕਿਸੇ ਜਥੇਬੰਦੀ ਦੇ ਨਾਲ ਹੋਣਾ ਕੋਈ ਮਾੜੀ ਗੱਲ ਨਹੀਂ ਹੈ ਪਰੰਤੂ ਜਦੋਂ ਜਥੇਬੰਦੀ ਦੇ ਮੁਖੀਆਂ ਦੇ ਏਜੰਡੇ ਤੋਂ ਥਿੜਕ ਜਾਂਦੀ ਆ ਗੱਲ ਉਦੋਂ ਜਿਹੜੀ ਥੱਲੇ ਵਾਲੀ ਪਬਲਿਕ ਆ ਜਿਹੜੇ ਫੋਲੋਅਰ ਆ ਜਾਂ ਜਿਹੜੇ ਨਾਲ ਚੱਲਣ ਵਾਲੇ ਆ ਉਹਨਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਆ